करी पिछले 22 घंटे तो वददा समय हो चुका है ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਦੋ ਅਧਿਕਾਰੀ ਇੱਕ ਖੇਤ ਦੇ ਵਿੱਚ ਖੇਤ ਦਾ ਮੌਇਨਾ ਕਰਨ ਜਾਂਦੇ ਨੇ ਜਿੱਥੇ ਕਿਸਾਨ ਉਹਨਾਂ ਨੂੰ ਬੰਦੀ ਬਣਾ ਕੇ ਰੱਖ ਲੈਂਦੇ ਨੇ ਤੁਹਾਨੂੰ ਦੱਸ ਦੇ ਕਿ ਦੋਨਾਂ ਅਧਿਕਾਰੀਆਂ ਨੂੰ ਕਿਸਾਨਾਂ ਦੇ ਵੱਲੋਂ ਤਕਰੀਬਨ ਪਿਛਲੇ 22 ਘੰਟਿਆਂ ਤੋਂ ਬੰਦੀ ਬਣਾ ਕੇ ਰੱਖਿਆ ਹੋਇਆ ਔਰ ਉਸ ਤੋਂ ਬਾਅਦ ਕਿਸਾਨਾਂ ਨੇ ਜੜਾ ਹੈ ਧਰਨਾ ਉਸ ਜਗ੍ਹਾ ਦੇ ਉੱਤੇ ਲਗਾ ਦਿੱਤਾ ਤੁਹਾਨੂੰ ਦੱਸ ਦੇ ਕਿ ਬੀਤੇ ਦਿਨੀ ਜ਼ਿਲ੍ਹਾ ਕੋਟਕਪੂਰੇ ਦੇ ਇੱਕ ਪਿੰਡ ਦੇ ਵਿੱਚ ਕਿਸਾਨ ਦੇ ਵੱਲੋਂ ਪ੍ਰਾਲੀ ਸਾੜੀ ਗਈ ਸੀ ਜਿਸ ਨੂੰ ਰੋਕਣ ਦੇ ਲਈ ਕੁਝ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਸਨ ਤੇ ਫਾਇਰ ਬ੍ਰਿਗੇਡ ਦੀ ਟੀਮ ਦੇ ਨਾਲ-ਨਾਲ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਤੇ ਅਧਿਕਾਰੀਆਂ ਨੂੰ ਕਿਸਾਨਾਂ ਦੇ ਵੱਲੋਂ ਬੰਦੀ ਬਣਾ ਲਿਆ ਗਿਆ ਸੀਗਾ ਸਿਰਫ ਇਸ ਸ਼ਰਤ ਤੇ ਉਹ ਛੱਡੇ ਸੀਗੇ ਕਿ ਤੁਸੀਂ ਜਿਸ ਕਿਸਾਨ ਨੇ ਉਸ ਜਗ੍ਹਾ ਦੀ ਪ੍ਰਾਲੀ ਸਾੜੀ ਹੈ ਉਸਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਸੋ ਇਸ ਖਬਰ ਤੋਂ ਬਾਅਦ 2 ਦਿਨ ਬਾਅਦ ਕੁਝ ਅਧਿਕਾਰੀ ਉਸ ਜਗ੍ਹਾ ਦੇ ਉੱਤੇ ਖੇਤ ਦਾ ਮੁਆਇਨਾ ਕਰਨ ਦੇ ਲਈ ਪਹੁੰਚਦੇ ਨੇ ਦੇਖਣ ਲਈ ਪਹੁੰਚਦੇ ਨੇ ਕਿ ਉੱਥੇ ਦੀ ਹਾਲਤ ਕੀ ਹੈ ਤੇ ਕਿਸਾਨਾਂ ਦੇ ਵੱਲੋਂ ਦੋਨਾਂ ਅਧਿਕਾਰੀਆਂ ਨੂੰ ਫਿਰ ਤੋਂ ਬੰਦੀ ਬਣਾ ਲਿਆ ਜਾਂਦਾ ਔਰ 22 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਦੋਵੇਂ ਅਧਿਕਾਰੀ ਤੁਸੀਂ ਦੇਖ ਸਕਦੇ ਹੋ ਕਿ ਬੰਦੀ ਬਣੇ ਹੋਏ ਨੇ ਔਰ ਉਥੇ ਬੈਠੇ ਹੋਏ ਨੇ ਹਜੇ ਤੱਕ ਦੋਨਾਂ ਅਧਿਕਾਰੀਆਂ ਨੂੰ ਕਿਸਾਨਾਂ ਨੇ ਨਹੀਂ ਛੱਡਿਆ ਔਰ ਇਸ ਤੋਂ ਬਾਅਦ ਕਿਸਾਨਾਂ ਨੇ ਉਥੇ ਤਰਨਾਵੀ ਲਗਾ ਦਿੱਤਾ ਤਾਂ ਕਿਸਾਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੇ ਸਾਹਦੇ ਖਿਲਾਫ ਹੈ ਔਰ ਸਾਨੂੰ ਕੁਝ ਵੀ ਸਾਡੀ ਮਰਜ਼ੀ ਦੇ ਮੁਤਾਬਕ ਨਹੀਂ ਕਰਨ ਦਿੰਦੀ ਔਰ ਜੇਕਰ ਇਸ ਤਰੀਕੇ ਦੇ ਨਾਲ ਅਧਿਕਾਰੀ ਸਾਡੇ ਖੇਤਾਂ ਦੇ ਵਿੱਚ ਆਉਣਗੇ ਮੌਇਨਾ ਕਰਨ ਆਉਣਗੇ ਤਾਂ ਅਸੀਂ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਬੰਦੀ ਬਣਾਵਾਂਗੇ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਪੰਜਾਬ ਦੇ ਵਿੱਚ ਫੇਰੀ ਦੀ ਜਦੋਂ ਖਬਰ ਆਈ ਆ ਉਦੋਂ ਤੋਂ ਹੀ ਕਿਸਾਨਾਂ ਦੇ ਵੱਲੋਂ ਇਹ ਵੀ ਐਲਾਨ ਕੀਤਾ ਜਾ ਰਿਹਾ ਹੈ ਕਿ ਉਹ ਇਸ ਫੇਰੀ ਨੂੰ ਕੰਪਲੀਟ ਨਹੀਂ ਹੋਣ ਦੇਣਗੇ ਬਲਕਿ ਜਿਹੜਾ ਹੈ ਪ੍ਰਦਰਸ਼ਨ ਉਹ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਕਰਨਗੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਪ੍ਰਾਲੀ ਸਾੜਨ ਦਾ ਨੁਕਸਾਨ ਹੈ ਵਾਤਾਵਰਣ ਖਰਾਬ ਹੁੰਦਾ ਹੈ ਲੋਕਾਂ ਦਾ ਆਮ ਜਨ ਜੀਵਨ ਖਰਾਬ ਹੁੰਦਾ ਹੈ ਕਿਉਂਕਿ ਸਾਹ ਲੈਣਾ ਜਿਹੜਾ ਹੈ ਔਖਾ ਹੋ ਜਾਂਦਾ ਹੈ ਕਿ ਹਵਾ ਦੇ ਵਿੱਚ ਪ੍ਰਦੂਸ਼ਣ ਦੀ ਮਾਤਰਾ ਇੰਨੀ ਕੁ ਜ਼ਿਆਦਾ ਵੱਧ ਜਾਂਦੀ ਹੈ ਸੋ ਪ੍ਰਾਲੀ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਬਾਰ-ਬਾਰ ਕਿਹਾ ਜਾਂਦਾ ਹੈ ਪਰ ਕਿਸਾਨਾਂ ਦੇ ਵੱਲੋਂ ਪ੍ਰਾਲੀ ਜਿਹੜੀ ਹੈ ਸਾੜੀ ਜਾ ਰਹੀ ਹੈ ਔਰ ਆਏ ਦਿਨ ਪ੍ਰਾਲੀ ਸਾੜਦੇ ਜਿਹੜੀਆਂ ਖਬਰਾਂ ਨੇ ਰੋਜ਼ ਸਾਹਮਣੇ ਆ ਰਹੀਆਂ ਨੇ ਪਰ ਜਦੋਂ ਕਾਰਵਾਈ ਕੀਤੀ ਜਾਂਦੀ ਹੈ ਜਾਨੀ ਕਿ ਅਧਿਕਾਰੀਆਂ ਦੇ ਵੱਲੋਂ ਮੌਇਨੇ ਕੀਤੇ ਜਾਂਦੇ ਨੇ ਤੇ ਉਹਨਾਂ ਨੂੰ ਜਿਹੜਾ ਹੈ ਇਸ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਬੰਦੀ ਬਣਾ ਲਿਆ ਜਾਂਦਾ ਹੈ ਹੁਣ ਸਾਫ਼-ਸਾਫ਼ ਜੀ ਗੱਲ ਹੈ ਕਿ ਇਹ ਅਨਦਾਤਾ ਜਿਨ੍ਹਾਂ ਨੂੰ ਅਨਦਾਤਾ ਕਿਹਾ ਜਾਂਦਾ ਹੈ ਕਿਸਾਨ ਕਿਹਾ ਜਾਂਦਾ ਹੈ ਕਿ ਇਹ ਸੱਚ ਦੇ ਵਿੱਚ ਕਿਸਾਨ ਨੇ ਜਾਂ ਫਿਰ ਕਸਾਈ ਨੇ ਕਿਉਂਕਿ ਆਪਣੀ ਗੱਲ ਮਨਵਾਉਣ ਦੇ ਲਈ ਇਸ ਤਰੀਕੇ ਦੇ ਨਾਲ ਅਧਿਕਾਰੀਆਂ ਨੂੰ ਬੰਦੀ ਬਣਾ ਲੈਣਾ ਬਾਰ-ਬਾਰ ਸੜਕਾਂ ਨੂੰ ਜਾਮ ਕਰ ਦੇਣਾ ਰੋਡ ਬੰਦ ਕਰ ਦੇਣਾ ਰੇਲਵੇ ਟਰੈਕ ਦੇ ਉੱਤੇ ਜਾ ਕੇ ਬੈਠ ਜਾਣਾ ਰੇਲਾਂ ਖਰਾਬ ਕਰ ਰੇਲਾਂ ਦੀ ਆਵਾਜਾਈ ਤਬਾਹ ਕਰ ਦੇਣਾ ਆਮ ਲੋਕਾਂ ਨੂੰ ਕਿੰਨੀਆਂ ਮੁਸ਼ਕਲਾਂ ਦੇ ਜੋ ਪਾਰੇ ਨੇ ਬਾਰ ਬਾਰ ਕਿਸਾਨ ਸੋਚਣ ਵਾਲੀ ਗੱਲ ਤਾਂ ਜ਼ਰੂਰ ਹੈ